ਬਾਬਾ ਜੀ ਕੀ ਹਾਲ ਚਾਲ ਹੈ? ਵਾਲੇਕਮ ਸਲਾਮ ਜੀ, ਸ਼ੁਕਰ ਅਲਹਮਦੁਲਿਲਾ, ਕਰਮਾ ਖੁਦਾ ਦੀ ਜ਼ਾਤ ਦਾ ਰਹਿਮਤ ਹੋਦੀ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਬਜ਼ੁਰਗੋ ਕਿੰਨੀ ਉਮਰ ਹੋ ਗਈ ਆਪਣੀ? ਮੇਰੀ 90 ਕੁ ਸਾਲ ਦੀ ਉਮਰ ਹੋ ਗਈ ਹੈ ਜਨਾਬ। ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਐਵੇਂ ਹੀ ਸਾਡੇ ਕੋਲ ਸਲਾਮਤ ਰੱਖੇ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੇ ਬਾਬਾ ਜੀ ਕੀ ਨਾਮ ਹੈ ਆਪਣਾ? ਮੇਰਾ ਨਾਮ ਜੀ ਫਕੀਰ ਮੁਹੰਮਦ ਹੈ। ਸਹੀ ਬਾਬਾ, ਇਹ ਤੁਹਾਡੀ ਪੈਦਾਇਸ਼ ਤਾਂ ਫਿਰ ਇੰਡੀਆ 'ਚ ਹੀ ਹੋਈ ਹੋਈ ਕਿ ਪਾਕਿਸਤਾਨ? ਮੇਰੀ ਪੈਦਾਇਸ਼ ਇੰਡੀਆ ਦੀ ਹੈ। ਅੱਛਾ ਜੀ। ਸਾਡੇ ਰਿਆਸਤ ਫਰੀਦਕੋਟ ਦੇ ਵਿੱਚ ਹੈ, ਪਿੰਡ ਸੁਖੀਏ ਦਾ ਕੋਟ ਹੈ। ਫਰੀਦਕੋਟ ਪਿੰਡ ਤੇ ਸ਼ਹਿਰ ਹੈ? ਫਰੀਦਕੋਟ ਸ਼ਹਿਰ ਤੇ ਚੱਕ ਕਿਹੜਾ? ਪਿੰਡ ਸੁਖੀਏ ਦਾ ਕੋਟ। ਸਹੀ। ਇਹਦਾ ਮਤਲਬ ਫਿਰ ਬਾਬਾ ਕਿੱਡੇ ਕੁ ਸੀ ਤੁਸੀਂ ਜਦੋਂ ਪਾਕਿਸਤਾਨ ਬਣਿਆ? ਮੈਂ ਜੀ ਉਦੋਂ 7-8 ਸਾਲ ਦਾ ਸੀ। ਸਹੀ ਹੋ ਗਿਆ। ਫਿਰ ਤੁਸੀਂ ਇੱਥੇ ਪਾਕਿਸਤਾਨ ਆਏ ਹੋ? ਹਾਂਜੀ। ਸਹੀ। ਬਾਬਾ ਜੀ ਕੋਈ ਆਪਦੀ ਅੱਛੀ ਜੀ ਕੋਈ ਇੱਕ ਨਾ ਗੱਲ ਸੁਣਾ ਦਿਓ ਆਪਦੇ ਦੌਰ ਦੀ। ਤੁਹਾਡਾ ਦੌਰ ਬੜਾ ਚੰਗਾ ਸੀ। ਦੌਰ ਚੰਗੇ ਦੀ ਗੱਲ ਹੈ ਜੀ, ਇੱਕ ਦੂਜੇ ਦੇ ਉੱਤੇ ਬੰਦਿਆਂ ਨੂੰ ਤਮਾਦ ਸੀ, ਜਿਹੜੀ ਗੱਲ ਕਰ ਲੈਂਦੇ ਸੀ ਉਸ ਤੋਂ ਮੁੱਕਰਦੇ ਨਹੀਂ ਸੀ। ਬੇਸ਼ੱਕ ਬੇਸ਼ੱਕ, ਕੋਈ ਸ਼ੱਕ ਨਹੀਂ, ਸੱਚਾ ਦੌਰ ਸੀ। ਹੈਗੇ ਇੱਧਰ ਕਰੀ ਜਾਂਦੇ, ਇੱਧਰ ਮੁੱਕਰੀ ਜਾਂਦੇ ਆ। ਸਹੀ ਬਾਤ ਹੈ। ਯਾਨੀ ਇੱਕ ਤੁਹਾਨੂੰ ਸੁਣਾਉਂਦਾ ਵੀ ਇੱਕ ਯਾਨੀ ਬੰਦਾ ਸੀ, ਉਹ ਇੱਕ ਬਾਲਣ ਦਾ ਗੱਡਾ ਵੇਚਣ ਚਲੇ ਗਿਆ। ਹਾਂਜੀ। ਜਦੋਂ ਚਲੇ ਗਿਆ ਤੇ ਅੱਗੇ ਦੋ ਠੱਗ ਟੱਕਰ ਗਏ। ਸਹੀ ਹੋ ਗਿਆ। ਉਹ ਕਹਿੰਦੇ ਭਾਈ ਤੂੰ ਗੱਡਾ ਵੇਚਣਾ? ਮਹਾਰਾਜ ਜੀ ਹਾਂ ਵੇਚਣਾ। ਸਹੀ। ਉਹਨੇ ਕਿਹਾ ਲੈ ਆ ਯਾਰ, ਸਾਨੂੰ ਮਨਜ਼ੂਰ ਆ। ਸਹੀ। ਲਿਆ ਕੇ ਬਾਲਣ ਦਾ ਗੱਡਾ ਤੇ ਉਹਨੇ ਭਾਈ ਗੱਡਾ ਖਲਿਆਰ ਦੇ ਉੱਤੇ। ਉਹਨਾਂ ਨੇ 2 ਰੁਪਈਏ ਕੱਢ ਕੇ ਉਹਨੂੰ ਕਹਿੰਦੇ ਲੈ ਭਾਈ। ਉਹ ਕਹਿੰਦੇ ਭਾਈ ਮੈਂ ਤਾਂ ਬਾਲਣ ਵੇਚਣਾ। ਉਹਨੇ ਕਹਿੰਦੇ ਤੇਰੇ ਸਾਡੇ ਗੱਡੇ ਦੀ ਗੱਲ ਹੋਈ ਆ। ਸਹੀ। ਉਹਨੇ ਕਿਹਾ ਹਾਂ ਹੋਈ ਗੱਡੇ ਦੀ ਆ। ਉਹਨੇ ਕਿਹਾ ਫਿਰ ਆਪਦੇ 2 ਰੁਪਈਏ ਲੈ ਤੇ ਜਾ। ਉਹਨੇ 2 ਰੁਪਈਏ ਲੈ ਲਏ, ਸ਼ਾਮ ਨੂੰ ਘਰ ਚਲੇ ਗਏ। ਸਹੀ ਹੋ ਗਿਆ। ਹੁਣ ਘਰਦੇ ਪੁੱਛਦੇ ਆ ਵੀ ਜੋ ਗੱਡਾ ਕਿੱਥੇ ਹੈ? ਕਹਿੰਦਾ ਜੀ ਮੈਂ ਤਾਂ ਇਸ ਤਰੀਕੇ ਕਰਕੇ ਦੇ ਆ, ਮੇਰੀ ਗੱਲ ਹੋ ਗਈ। ਅਤੇ ਉਹਨਾਂ ਠੱਗ ਸੀ, ਠੱਗਾਂ ਨੇ ਠੱਗੀ ਮਾਰ ਲਈ। ਠੱਗਾਂ ਨੇ ਠੱਗੀ ਮਾਰ ਲਈ। ਉਹਨੇ ਕਿਹਾ ਹੁਣ ਫਿਰ ਕਿਵੇਂ ਮੋੜੀਏ? ਤੂੰ ਇਉਂ ਕਰ ਵੀ ਇੱਕ ਉਹਦੀ ਬੇਟੀ ਸੀ, ਉਹ ਕਹਿ ਲੱਗੀ ਤੂੰ ਮੈਨੂੰ ਇੱਕ ਬਾਲਣ ਦਾ ਗੱਡਾ ਭਰ ਕੇ ਦੇ। ਸਹੀ। ਇਹਦਾ ਗੱਡਾ ਬਾਲਣ ਦਾ ਜੋਗ ਹਾਂ ਮੰਗ ਲਿਆ ਅਤੇ ਮੈਨੂੰ ਭਰ ਕੇ ਦੇ, ਤੂੰ ਮੇਰੇ ਮਗਰ ਮਗਰ ਤੂੰ ਆਵੀਂ ਅਤੇ ਅੱਗੇ ਅੱਗੇ ਮੈਂ ਗੱਡਾ ਲੈ ਕੇ। ਉਹਨੇ ਮਤਲਬ ਭੇਸ ਕਰਕੇ ਦੇ ਪੈ ਗਈ। ਸਹੀ। ਉਹ ਜਦੋਂ ਉੱਥੋਂ ਟਿਕਾਣਾ ਤਾਂ ਉਹਨੇ ਕਿਹਾ ਇੱਥੇ ਮਿਲੇ ਸੀ। ਉਹਨੇ ਕਿਹਾ ਠੀਕ ਆ, ਹੁਣ ਚੌਕਸ ਹੋ ਗਈ। ਉਹ ਕਹਿਣ ਲੱਗੇ ਭਾਈ ਅੱਗੇ ਟੱਕਰ ਕੇ ਦੋਵੇਂ ਉਹ ਹੀ ਖੜੇ ਆਖਣਗੇ ਭਾਈ ਇਹ ਗੱਡਾ ਵੇਚਣਾ? ਉਹਨੇ ਕਿਹਾ ਜੀ ਹਾਂ ਵੇਚਣਾ। ਉਹਨੇ ਕਿਹਾ ਕਿੰਨੇ ਦਾ? ਆਖੇ 2 ਆਨਿਆਂ ਦਾ। ਆਖੇ 2 ਆਨਿਆਂ ਦਾ? ਆਖੇ ਹਾਂ ਜੀ। ਆਖੇ ਲਿਆ ਸਾਨੂੰ ਮਨਜ਼ੂਰ ਆ। ਉਹ ਜਾ ਕੇ ਤੇ 2 ਆਨੇ ਦਿੱਤੇ ਉਹਨਾਂ ਨੇ, ਕਿਹਾ ਲਓ ਜੀ ਗੱਡਾ ਇੱਥੇ ਘਲਿਆ। ਉਹਨੇ ਕਿਹਾ ਨਹੀਂ ਮੈਂ ਪੈਸੇ ਨਹੀਂ ਸੀ ਮੰਗੇ, ਮੈਂ ਤਾਂ ਅੱਖਾਂ ਦੇ 2 ਆਨੇ ਮੰਗੇ ਆ। ਕਿਆ ਬਾਤ ਹੈ, ਕਿਆ ਬਾਤ ਹੈ, ਅੱਖਾਂ ਦੇ 2 ਆਨੇ ਮੰਗੇ ਨੇ। ਆਨੇ ਡੇਲੇ ਯਾਨੀ ਕਿ ਅੱਖਾਂ ਦੇ ਵਿੱਚ ਜਿਹੜਾ ਹੁੰਦਾ। ਮੈਂ ਤਾਂ 2 ਆਨੇ ਅੱਖਾਂ ਦੇ ਮੰਗੇ ਆ, ਉਹ ਲੈਣੇ ਆ। ਉਹਨੇ ਕਿਹਾ ਤੇਰੇ ਨਾਲ ਗੱਲ ਕਦੇ ਆਨਿਆਂ ਦੀ ਵੀ ਹੋਈ ਆ? ਉਹਨੇ ਕਿਹਾ ਕਦੇ 2 ਰੁਪਈਆਂ ਵਿੱਚ ਜੋ ਗੱਡਾ ਵੀ ਮਿਲੇ ਆ? ਬੜੀ ਗੱਲ ਹੈ, ਤੁਹਾਨੂੰ ਅੱਗੇ ਦਿੱਤਾ ਨਹੀਂ ਜੋ ਗੱਡਾ, 2 ਰੁਪਈਆਂ ਦੇ ਵਿੱਚ ਜ਼ਬਾਨ ਆ, ਤੁਹਾਡੀ ਵੀ ਜ਼ਬਾਨ ਆ, ਉਹ ਜ਼ਬਾਨ ਪੂਰੀ ਕਰੋ ਤੁਸੀਂ ਵੀ। ਸਹੀ ਗੱਲ ਹੈ। ਜਦੋਂ ਅੱਗੇ ਕਿਸੇ ਕੋਲ ਗੱਲ ਜੋ ਕਹਿਣਗੇ ਗੱਲ ਠੀਕ ਹੈ? ਬਿਲਕੁਲ, ਗੱਲ ਕੀਤੀ ਪੂਰੀ ਕਰੋ, ਪੂਰੀ ਕਰੋ। ਤੁਸੀਂ ਕਿਹੜਾ ਉਦੋਂ ਕੀਤੀ ਸੀ ਕਿ ਅਸੀਂ ਪੈਸਿਆਂ ਦੇ 2 ਆਨੇ ਦੇਣੇ, ਵੇਖਾ ਦੇ ਨਹੀਂ ਦੇਣੇ? ਐਵੇਂ ਹੀ ਰੇੜੇ ਦੇ ਪੱਠੇ ਜਾ ਰਹੇ 2 ਪੰਡਾਂ ਫਿਰ। ਅੱਛਾ ਜੀ। ਉਹਨੇ ਕਿਹਾ ਜੀ ਠੀਕ ਹੈ ਤੁਸੀਂ ਉਹ ਕਰ, ਸਾਡੇ ਕੋਲੋਂ ਜਿਹੜੀ ਹੋ ਗਈ ਸਾਨੂੰ ਮਾਫ਼ੀ ਦੇ ਦੇ, ਆਪਦੇ ਪੈਸੇ ਵੀ ਦੇ ਲਾ, ਬਾਲਣ ਵੀ ਲੈ ਲਾ ਅਤੇ ਗੱਡੇ ਵੀ ਲੈ ਲਾ, ਅਤੇ ਹੱਥ ਬੰਨ ਕੇ ਤਾਂ ਉਹਦੇ ਅੱਗੇ ਖੜੋਗੇ। ਸਹੀ। ਅੱਛਾ, ਉਹ ਦੂਏ ਵੀ ਕਹਿਣ ਲੱਗੇ ਹੁਣ ਇਹਨਾਂ ਨੂੰ ਮਾਫ਼ ਕਰ ਦਿਓ, ਗਲਤੀ ਕਰ ਬੈਠੇ। ਉਹਨਾਂ ਨੇ ਵੀ ਜ਼ਬਾਨ ਪੂਰੀ ਕਰਤੀ ਹੈ, ਜੇ ਨਹੀਂ ਕਰਨਾ ਫਿਰ ਅੱਖਾਂ ਦੇ ਆਦੇ ਦੇ। ਬਿਲਕੁਲ। ਉਹਨੇ ਕਹਿੰਦੇ ਸਾਡੀ ਮਜ਼ਬੂਰੀ ਹੋ ਗਈ ਜਿਹੜੀ, ਹੁਣ ਅਸੀਂ ਗਲਤੀ ਗਾਹ ਨਹੀਂ ਕਰ, ਗਲਤੀ ਕਰ ਬੈਠੇ ਹਾਂ। ਉਹਨਾਂ ਦੇ ਦੋਵੇਂ ਗੱਡੇ ਲੈ ਲਏ, ਲੈ ਕੇ ਚੱਲ ਪਏ, ਪੈਸੇ ਵੀ ਲੈ ਲਏ। ਹੁਣ ਠੱਗ ਸੀਗੇ, ਠੱਗਾਂ ਨੇ ਕਿਹਾ ਹੁਣ ਇਹਦੇ ਕੋਲੋਂ ਮੋੜੀਏ, ਕਿਵੇਂ ਮੋੜੀਏ? ਕਰਨਾ ਤਾਂ ਇਹਨਾਂ ਨਾਲ ਹੱਥ ਪਊਗਾ, ਤਾਂ ਆਪਣੇ ਟੂਆ ਕੁੱਟ ਕੇ ਲੈ ਗਏ, ਆਪਾਂ ਤਾਂ ਠੱਗ ਸੀ। ਹੁਣ ਆਪਦੇ ਭਾਈ ਦਾ ਭੇਸ ਬਦਲ ਕੇ ਜਾ ਕੇ ਦੇਖੋ, ਭਾਈ ਅਸੀਂ ਵੀ ਜਾਣਾ ਉੱਧਰ ਨੂੰ।
ਸਾਨੂੰ ਗੱਡੇ 'ਤੇ ਬਾ ਲਾ। ਉਹਨੇ ਕਿਹਾ ਭਾਈ ਆ ਜਾਓ ਜੀ, ਬਿਸਮਿਲ੍ਲਾ, ਗੱਡੇ ਕਾਹਦੇ ਵਾਸਤੇ ਆ, ਜਾਣ ਆਉਣ ਵਾਸਤੇ ਬੰਦੇ ਬਹਿੰਦੇ ਨਾ ਤੇ। ਬਿਲਕੁਲ ਬਹਿ ਕੇ ਤਾਂ ਕਹਿੰਦੇ ਯਾਰ ਕੋਈ ਸੁਣਾਓ ਗੱਲ। ਉਹ ਠੱਗ ਸੀਗੇ ਤਿੰਨ ਅਤੇ ਚੌਥੇ, ਉਹ ਆਖਣਗੇ ਯਾਰ ਗੱਲ ਇਹ ਹੈ, ਗੱਲ ਤਾਂ ਕਰਦੇ, ਬਾਕੀ ਜਿਹੜੇ ਝੂਠ ਆ ਕੇ ਉਹਦਾ ਸਿਰ ਲੈ ਲਾ, ਜਿਹੜਾ ਕਦੇ ਝੂਠ ਆ ਉਹਦਾ ਸਿਰ ਲੈ ਲਓ। ਬਿਲਕੁਲ ਉਹ ਕਹਿਣਗੇ ਯਾਰ ਸਾਡੇ ਬਾਬੇ ਨੇ ਕਣਕ ਦਾ ਬੀਜ ਲਿਆਂਦਾ, ਉਹਨੇ ਬੀਜ ਬੀਜਿਆ ਅਤੇ ਸਵੇਰ ਨੂੰ ਉਹਦਾ ਐਡਾ ਐਡਾ ਹੱਥ ਹੱਥਦਾ ਜਾਣਾ ਪੈ ਗਿਆ। ਕਿਆ ਬਾਤ, ਹੁਣ ਪੁੱਛਦੇ ਆਪ ਦੇ ਤਿੰਨਾਂ ਜਣਿਆਂ ਨੂੰ ਕਿਉਂ ਵੀ ਭਾਈ ਠੀਕ ਹੈ, ਉਹਦਾ ਠੀਕ ਹੈ। ਦੂਜੇ ਨੂੰ ਪੁੱਛਦਾ ਕਿਉਂ ਵੀ ਠੀਕ ਹੈ, ਕਿ ਠੀਕ ਹੈ। ਤੀਜੇ ਨੂੰ ਪੁੱਛਿਆ ਕਿਉਂ ਵੀ ਠੀਕ ਹੈ, ਉਹਨੇ ਕਿਹਾ ਹਾਂ ਭਾਈ ਠੀਕ ਹੈ। ਕਿਉਂ ਭਾਈ ਗਾਡੀ ਵਾਲਾ, ਉਹਨੇ ਕਿਹਾ ਹਾਂ ਭਾਈ ਠੀਕ ਹੈ। ਪੈ ਗਿਆ ਦੂਜੇ ਨੂੰ ਪੁੱਛਦਾ ਹਾਂ ਵੀ ਤੂੰ ਸੁਣਾ, ਉਹਦਾ ਸੁਣਨਾ ਕਿ ਸਾਡਾ ਬੜਾ ਮੋਠਾਂ ਦਾ ਬੀਜ ਲਿਆਇਆ ਬਾਬਾ। ਮੋਠ ਮੋਠ ਕੀ ਕਹਿੰਦੇ ਨੇ? ਮੋਠ ਮੋਠਾਂ ਦਾ ਬੂਟਾ ਹੁੰਦਾ, ਫਸਲ ਹੈ। ਅੱਛਾ, ਦਾਲਾਂ ਹੁੰਦੀਆਂ ਜਿਹਦੀਆਂ। ਅੱਛਾ, ਦਾਲ, ਮੂੰਗੀ ਦੀ ਦਾਲ ਕਹਿ ਲਓ ਜਾਂ ਕੋਈ ਮਸਰਾਂ ਦੀ ਦਾਲ। ਮਸਰਾਂ ਦੀ ਦਾਲ, ਸਹੀ। ਉਹ ਮਸਰਾਂ ਦੀ, ਉਹ ਮੋਠਾਂ ਦੀ ਖੋਰ ਹੈ। ਠੀਕ ਹੈ। ਹੁਣ ਕਿਹਾ ਜੀ ਉਹਨੂੰ ਪਾਈਏ ਪਾਈਏ ਦਾ ਦਾਣਾ ਲੱਗਾ, ਪਾਈਏ ਪਾਈਏ ਦਾ। ਹਾਂਜੀ, ਯਾਨੀ ਗੱਲ ਜੋ ਬਣਾਉਣੀ ਸੀ ਉਹਨਾਂ ਨੇ। ਹਾਂ ਬਿਲਕੁਲ, ਝੂਠ ਨਹੀਂ ਕਹਿਣ ਦੇਣਾ, ਝੂਠ ਕਦੇ ਇਹਦੇ ਕੋਲ ਇਹਦਾ ਸਾਰਾ ਕੁਝ ਨਹੀਂ ਜੀ। ਬਿਲਕੁਲ। ਉਹ ਕਹਿਣਗਾ ਕਿਉਂ ਭਾਈ ਠੀਕ ਹੈ, ਉਹਨੇ ਕਿਹਾ ਜੀ ਠੀਕ ਹੈ। ਉਹਨਾਂ ਤਿੰਨਾਂ ਨੇ ਫਿਰ ਠੀਕ ਕੀਤਾ, ਉਹਨੂੰ ਪੁੱਛਦੇ ਕਿਉਂ ਭਾਈ ਗਾਡੀ ਵਾਲਾ ਠੀਕ ਹੈ? ਉਹਨੇ ਕਿਹਾ ਹਾਂ ਭਾਈ ਵੇਖਿਆ ਬਿਲਕੁਲ ਠੀਕ ਹੈ। ਹੁਣ ਉਹਨੂੰ ਪੁੱਛਦਾ ਖੜਗਾ ਯਾਰ ਸਾਡੇ ਬਾਬੇ ਨੇ ਇੱਕ ਮੈਂ ਖਰੀਦ ਕੇ ਲਿਆਂਦੀ, ਇਹ ਤਾਂ ਤੁਸੀਂ ਸੁਣੀ ਹੋਣੀ ਹੈ। ਆਖੇ ਉਹਦੇ ਏਡੇ ਏਡੇ ਸਿੰਘ, ਇੱਕ ਸਿੰਘ ਰਹਿੰਦੇ ਜੀ ਜਾਵੇ, ਇੱਕ ਕੱਢਦੇ ਜਾਵੇ। ਆਖੇ ਉਹ ਰਹਿੰਦੇ ਦੀਆਂ ਕੁੜੀਆਂ ਪੀਂਘਾਂ ਪਾ ਕੇ ਉੱਧਰ ਪੀਂਘ ਨਾਲ ਝੁੱਟੀ ਜਾਣ, ਪਾ ਕੇ ਉੱਧਰ ਝੁੱਟੀ ਆ, ਏਡੀਆਂ ਏਡੀਆਂ ਬਾਬਾ ਛੱਡਦੇ ਸੀ ਪੀਂਘਾਂ ਬਣਾ ਤਾ ਉਹਨਾਂ ਨੇ ਸਿੰਘਾਂ ਦਾ। ਹਾਂ ਮੈਂ ਪੀਂਘਾਂ ਦੀਆਂ ਪੀਂਘਾਂ ਬਣਾ ਪਵਾ ਦੀਆਂ। ਠੀਕ ਹੈ, ਉਹਨੇ ਕਿਹਾ ਜੀ ਠੀਕ ਹੈ। ਤੁਹਾਨੂੰ ਪੁੱਛਦਾ ਇਹਨਾਂ ਨੇ ਫਿਰ ਕਹਿੰਦਾ ਹਾਂ ਜੀ ਠੀਕ ਹੈ। ਉਹ ਕਹਿਣ ਲੱਗਿਆ ਕਿਉਂ ਭਾਈ ਜੀ, ਜਦੋਂ ਫਿਰ ਮੀਂਹ ਪੈਂਦਾ ਸੀ ਨਾ, ਸਾਡੇ ਬੁੜੇ ਦੇ ਐਡਾ ਟਾਂਗਾ ਸੀ, ਉਹ ਜਦੋਂ ਐਂ ਕਰਕੇ ਸਮਾਨ 'ਚ ਮਾਰਦਾ ਸੀ ਨਾ, ਅਤੇ ਉਸ ਵਕਤ ਮੀਂਹ ਪਵਾ ਦਿੰਦਾ ਸੀ। ਰੱਖਦਾ ਕਿੱਥੇ ਸੀ ਉਹਦਾ, ਤੁਹਾਡੀ ਮੈਂ ਖੁਰਲੀ 'ਚ ਏਡੀਆਂ ਏਡੀਆਂ ਛੱਡਦੇ ਰਹਿ ਰਹੇ ਏਡੀਆਂ ਏਡੀਆਂ ਯਾਰ, ਤੁਹਾਡੀ ਮੈਂ ਜੀ ਖੁਰਲੀ 'ਚ, ਕਿਉਂ ਵੀ ਠੀਕ ਆ ਅਤੇ ਹਾਂ ਜੀ ਠੀਕ ਹੈ। ਉਹਨੂੰ ਪੁੱਛਦੇ ਹਾਂ ਵੀ ਤੂੰ ਵੀ ਸੁਣਾ ਕੋਈ ਗਾਡੀ ਵਾਲਾ, ਆਹਦਾ ਗਾਡੀ ਵਾਲ ਕੀ ਸੁਣਾ ਵੇ, ਗੱਲਾਂ ਤਾਂ ਤੁਸੀਂ ਸਿਰੇ ਦੀਆਂ ਲਾਦੀਆਂ ਸਾਰਿਆਂ। ਇੱਕ ਕਹਿੰਦਾ ਮੇਰੀ ਰਾਈਫਲ ਸੀ ਸਾਡਾ ਬਾਬਾ ਲਿਆਇਆ, ਸਹੀ, ਉਹਨਾਂ ਦੇ ਪਾਈ ਵੀ ਸੀ। ਅਤੇ ਉਹਨੇ ਕਿਹਾ ਫਿਰ ਉਹ ਚੋਰੀ ਹੋ ਗਈ, ਸਹੀ। ਉਹਨੇ ਕਿਹਾ ਚੋਰੀ ਹੋ ਗਈ? ਹਾਂ। ਅਤੇ ਚੋਰ? ਆਖੇ ਚੋਰ ਫੜ ਲਿਆ ਕਿੱਥੇ? ਆਖੇ ਆਹ ਵੇਖ ਬੈਠਾ, ਕਿਤੇ ਗਲਤ ਪਾਈ ਵੀ ਹੈ। ਕਿਉਂ ਵੀ ਆਖੇ ਠੀਕ ਹੈ? ਆਖੇ ਠੀਕ ਹੈ। ਕਿਉਂ ਨੇ ਫਿਰ ਕਰਦਾ ਠੀਕ ਹੈ? ਹੁਣ ਕਿਹਾ ਹੁਣ ਹੁਣ ਉਹਨੇ ਕਿਹਾ ਜਾ ਕੇ ਸਜਾਏ ਮਦਦ ਕਰਵਾਓ, ਮੇਰੀ ਰਾਈਫਲ ਨਵੀਂ ਰਾਈਫਲ, ਤੁਹਾਡੀ ਲਾਨਾ ਭੈਣ ਸੀ ਤੁਹਾਡੀ, ਜੇ ਸਗਾਏ ਸੀ ਜਿਵੇਂ ਜਦ ਲੱਗਦਾ ਰਹਿਣ, ਇਹਦਾ ਹੋਰ ਸਾਰਾ ਕੁਛ ਦੇ ਕੇ ਆ। ਉਹਨੇ ਕਿਹਾ ਰਾਈਫਲ ਵੀ ਲੈ ਲਾ, ਪੈਸੇ ਵੀ ਲੈ ਲਾ, ਅਤੇ ਸਾਡੀ ਜਾਨ ਬਾਬਾ ਜੀ ਬੜਾ ਮਜ਼ਾ ਆਇਆ। ਕੱਲ੍ਹ ਤਾਂ ਤੁਸੀਂ ਸਾਨੂੰ ਡੇਲੀ ਇੱਕ ਗੱਲ ਸੁਣਾਉਣੀ ਕਹਿੰਦੀ ਅਤੇ ਅਸੀਂ ਤੁਹਾਨੂੰ ਮੀਡੀਆ 'ਤੇ ਲਿਆਉਣਾ, ਠੀਕ ਹੈ ਬਾਬਾ ਜੀ? ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ। ਬੜਾ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ, ਬੜੀ ਖੁਸ਼ੀ ਹੋਈ।